ਸਤਿ ਸ਼੍ਰੀ ਅਕਾਲ। ਅੱਜ ਆਪਾਂ ਰਾਜਸਥਾਨ ਕਰਨਪੁਰ ਏਰੀਏ ਵਿੱਚ ਆਏ ਹੋਏ ਹਾਂ ਅਤੇ ਇੱਥੇ ਪਾਣੀ ਦੀ ਕਾਫੀ ਸ਼ੋਰਟੇਜ ਆ। ਨਹਿਰੀ ਪਾਣੀ ਨੂੰ ਸੁਚੱਜੇ ਢੰਗ ਦੇ ਨਾਲ ਵਰਤਣ ਵਾਸਤੇ ਇਹਨਾਂ ਨੇ ਡੱਗ ਬਣਾਏ ਹੋਏ ਆ। ਡੱਗ ਤੁਸੀਂ ਪੱਕੇ ਵੀ ਦੇਖੇ ਹੋਣੇ ਆ, ਕੱਚੇ ਵੀ ਦੇਖੇ ਹੋਣੇ ਆ, ਅਤੇ ਇਹਦੇ ਵਿੱਚ ਪੋਲੀਥੀਨ ਸ਼ੀਟ ਪਈ ਹੋਈ ਆ। ਇਹਦੇ ਕਿੰਨਾ ਖਰਚ ਆਉਂਦਾ, ਕਿਵੇਂ ਇਹ ਲੱਗਦਾ, ਕੀ ਸਰਕਾਰ ਦੀਆਂ ਇਹਦੇ ਫੈਸਿਲਿਟੀਆਂ ਹੈਗੀਆਂ ਸਬਸਿਡੀ ਵਗੈਰਾ ਦੀਆਂ, ਜਿਹੜੇ ਵੀਰਾਂ ਕੋਲ ਪਾਣੀ ਦੀ ਕਮੀ ਉਹਨਾਂ ਲਈ ਵੀਡੀਓ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਅਤੇ ਸਾਰੀ ਵੀਡੀਓ ਦੇਖਿਓ ਅਤੇ ਜ਼ਰੂਰ ਸ਼ੇਅਰ ਕਰੋ। ਇਸ ਏਰੀਏ ਤੋਂ, ਇਸ ਪਿੰਡ ਤੋਂ ਆਪਣੇ ਨਾਲ ਕਿਸਾਨ ਵੀਰ ਅਤੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਮੌਜੂਦ ਆ, ਅਤੇ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਅਤੇ ਇਸ ਪ੍ਰੋਜੈਕਟ ਨੂੰ ਲਾਉਣ ਵਾਸਤੇ ਕਿੰਨੀ ਜਗ੍ਹਾ ਲੱਗੀ, ਕਿੰਨਾ ਖਰਚਾ ਆਇਆ, ਅਤੇ ਕੀ ਕੀ ਇਸ ਤੋਂ ਕੰਮ ਲੈਂਦੇ ਆ, ਪਾਣੀ ਸਟੋਰੇਜ ਕਰਕੇ ਕਿਹੜੀਆਂ ਕਿਹੜੀਆਂ ਫਸਲਾਂ ਲਾਉਂਦੇ ਆ, ਉਹ ਸਾਰੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਾਂਗੇ। ਸਤਿ ਸ਼੍ਰੀ ਅਕਾਲ ਬ੍ਰਦਰ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬ੍ਰਦਰ ਤੁਸੀਂ ਆਪਣਾ ਨਾਮ ਅਤੇ ਏਰੀਆ ਦੱਸਿਓ। ਹਾਂਜੀ, ਮੇਰਾ ਨਾਮ ਕਮਰਜੀਤ ਸਿੰਘ, ਪਿੰਡ ਏਕੋ, ਤਹਿਸੀਲ ਕਰਨਪੁਰ, ਜ਼ਿਲ੍ਹਾ ਗੰਗਾਨਗਰ ਤੋਂ ਹੈਗੇ ਹਾਂ ਆਪਾਂ। ਇਹ ਜਿਹੜਾ ਪ੍ਰੋਜੈਕਟ ਤੁਹਾਡਾ ਲੱਗਿਆ ਹੋਇਆ, ਹਾਂਜੀ, ਇਹ ਕਿੰਨਾ ਪੁਰਾਣਾ ਹੈਗਾ? ਇਹ ਬਸ ਐਤਕੀ ਬਣਾਇਆ ਜੀ, ਗਰਮੀ ਦੇ ਵਿੱਚ ਐਸੀ ਚਾਲੂ ਕਰਿਆ ਇਹਨੂੰ। ਹਾਂ, ਸਟਾਰਟਿੰਗ ਹੈ ਜੀ। ਠੀਕ ਹੈ ਜੀ। ਇਹ ਕਿੰਨੇ ਬਾਏ ਕਿੰਨੇ ਏਰੀਆ 'ਚ ਡੱਗ ਤਿਆਰ ਕਰਿਆ ਹੋਇਆ ਜਿਹੜਾ ਸ਼ੀਟ ਵਾਲਾ? 150x200 ਦਾ ਹੈਗਾ ਸਾਈਜ਼ ਇਹਦਾ, ਤੇ 22 ਫੁੱਟ ਡੂੰਘਾਈ ਹੈ ਜੀ। ਡੂੰਘਾਈ ਪਾਣੀ ਲੈਵਲ ਦੀ 22 ਫੁੱਟ ਆ। ਹਾਂਜੀ। ਢਲਾਣ ਕਿੰਨੀ ਕਾ? ਇਹ ਫੁੱਟ ਦੇ ਵਿੱਚ 40 ਢਲਾਣ ਹੈ। ਠੀਕ ਹੈ। ਪੌਣਾ ਫੁੱਟ ਦੇ ਕਰੀਬ ਹੀ ਹੈ। ਠੀਕ ਹੈ। ਥੱਲੇ ਉਹ ਡੱਗੀ ਸਾਰੀ ਕੱਚੀ ਆ? ਕੱਚੀ ਹੈ ਜੀ। ਠੀਕ ਹੈ। ਤੇ ਇਹ ਪੋਲੀਥੀਨ ਹੀ ਹੈ ਇਹਦਾ, ਪਹਿਲਾਂ ਕੱਚੀ ਨੂੰ ਤਿਆਰ ਕਰਕੇ ਉੱਤੇ ਪੋਲੀਥੀਨ ਪਾਇਆ ਗਿਆ। ਇਹ ਪੋਲੀਥੀਨ ਵਾਲਾ ਕੀ ਸਿਸਟਮ ਆ ਜੀ? ਇਹਦੇ ਵਿੱਚ ਮਤਲਬ ਪਾਣੀ ਉੜਦਾ ਨਹੀਂ ਹੈਗਾ, ਪਾਣੀ ਰਹਿੰਦਾ ਹੈਗਾ, ਜਾਂ ਲੀਕ ਨਹੀਂ ਹੁੰਦੀ, ਇਹਦੇ ਬਾਰੇ ਕਰਿਓ ਕਿਸਾਨਾਂ ਦੇ ਨਾਲ ਜਾਣਕਾਰੀ। ਇਹ ਲੀਕ ਨਹੀਂ ਹੁੰਦਾ ਜੀ, ਜਿਵੇਂ ਟਾਲੀ ਆਪਣੀ ਉਹ ਸੋਕਦੀ ਹੈ ਪਾਣੀ, ਉਹ ਬਹਿ ਵੀ ਜਾਂਦੀ ਹੈ? ਬਹਿ ਵੀ ਜਾਂਦੀ ਹੈ, ਕਈ ਦਿੱਕਤਾਂ ਆਉਂਦੀਆਂ। ਇਹ ਸੋਕਦਾ ਨਹੀਂ ਗਾ, ਚੰਗੀ ਕੰਪਨੀ ਦਾ ਰੈਨੋਮੇਟ ਕੰਪਨੀ ਦਾ ਪਾਇਆ ਹੋਇਆ। ਠੀਕ ਹੈ ਜੀ। ਉਹ ਤਾਂ ਕਈ ਕੰਪਨੀਆਂ ਦੇ ਆਉਂਦੇ ਆ, ਚੰਗੇ ਮਾੜੇ ਵੀ ਆਉਂਦੇ ਆ, ਪਰ ਸਿਰੇ ਦੀ ਕੰਪਨੀ ਹੈ ਰੈਨੋਮੇਟ। ਠੀਕ ਹੈ ਜੀ। ਬਾਹਰ ਦੀ ਮਤਲਬ ਇਹ ਤੁਸੀਂ ਆਰਡਰ ਕਰਦੇ ਹੋ ਤੇ ਇਹ ਖੇਤ ਦੇ ਵਿੱਚ ਆ ਕੇ ਇੰਸਟਾਲ ਕਰਕੇ ਜਾਂਦੇ ਆ? ਹਾਂਜੀ ਹਾਂਜੀ, ਇੰਸਟਾਲ ਕਰਕੇ। ਠੀਕ ਹੈ। ਕਿੰਨਾ ਖਰਚਾ ਆਇਆ ਬਾਈ, ਕਿੰਨੇ ਏਰੀਏ, ਕਿੰਨੇ ਬਾਈ ਕਿੰਨੇ ਜਗ੍ਹਾ 'ਚ ਇਹ ਬਣਾਇਆ ਹੋਇਆ? ਇਹ ਬਾਈ 150x200 ਸਾਈਜ਼ ਹੈਗਾ, 22 ਫੁੱਟ ਡੂੰਘਾ, ਤੇ 12 ਲੱਖ ਦੇ ਕਰੀਬ ਖਰਚਾ ਆ ਗਿਆ। 4.25 ਦੇ ਕਰੀਬ ਤਾਂ ਆਪਣਾ ਪੋਲੀਥੀਨ ਸ਼ੀਟ ਹੀ ਪਈ ਹੈ ਇਹ। ਠੀਕ ਹੈ ਜੀ। ਹਾਂਜੀ। ਤੇ ਇਹ ਪ੍ਰੋਜੈਕਟ ਗਵਰਨਮੈਂਟ ਇਹਨੂੰ ਕਵਰ ਕਰਦੀ ਹੈ ਸਬਸਿਡੀ ਦੇ ਵਿੱਚ? ਕਰਦੀ ਤਾਂ ਹੈਗੀ ਹੈ ਬਾਈ ਜੀ, ਇਹ ਆਪਣੇ ਏਰੀਏ 'ਚ ਡਿੱਗੀਆਂ ਦੀ ਜ਼ਿਆਦਾ ਮੰਗ ਹੋਣ ਕਰਕੇ ਫਾਈਲਾਂ ਹੀ ਬਹੁਤ ਜ਼ਿਆਦਾ ਲੱਗੀਆਂ ਹੋਈਆਂ, ਉਨੀਆਂ ਪਾਸ ਨਹੀਂ ਕਰ ਰਹੀ ਗਵਰਨਮੈਂਟ ਇਹਦੇ ਮਤਲਬ ਕੰਮ ਧਿਆਨ ਦਿੰਦੀ ਹੈ ਇਸ ਕੰਮ ਦੇ ਵਿੱਚ। ਠੀਕ ਹੈ ਜੀ। ਤੇ ਤੁਸੀਂ ਕਿੰਨਾ ਕੁ ਪਾਣੀ ਸਟੋਰ ਕਰ ਲੈਂਦੇ ਹੋ? ਇਹ ਮੰਨ ਲਓ ਆਪਾਂ ਟੋਆ ਬਣਾਇਆ, ਡੱਗ ਬਣਾਇਆ, ਇਸ ਦੇ ਵਿੱਚ ਕਿੰਨੇ ਬਿੱਘਿਆਂ ਦਾ ਪਾਣੀ ਸਟੋਰ ਹੋ ਜਾਂਦਾ? ਇਹ 65 ਬਿੱਘਿਆਂ ਦੇ ਕਰੀਬ ਇਹ 'ਚ ਪਾਣੀ ਸਟੋਰ ਹੈਗਾ ਇਸ ਟਾਈਮ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਜਿਵੇਂ ਆਪਾਂ ਆਮ ਦੇਖਿਆ ਵੀ ਦੂਜੀਆਂ ਡੱਗੀਆਂ ਬਹਿ ਜਾਂਦੀਆਂ ਜਾਂ ਲੀਕੇਜ ਹੋ ਜਾਂਦੀ ਹੈ ਜਾਂ ਕਾਈ ਜੰਮ ਜਾਂਦੀ ਹੈ, ਉਹਨਾਂ ਦੇ ਵਿੱਚ ਸਫਾਈ ਕਰਨੀ ਪੈਂਦੀ ਆ, ਤੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਦਿੱਕਤ ਆ? ਨਹੀਂ, ਇਹ 'ਚ ਮੈਨੂੰ ਤਾਂ ਨਹੀਂ ਲੱਗਦਾ ਕੋਈ ਇਹੋ ਜਿਹੀ ਦਿੱਕਤ ਆਊਗੀ। ਕਿਸਾਨ ਭਰਾਵੋ, ਬਾਈ ਦੇ ਫਾਦਰ ਸਾਹਿਬ ਵੀ ਆਪਣੇ ਨਾਲ ਮੌਜੂਦ ਆ, ਆਪਾਂ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਵੀ ਕੀ ਇਹਨਾਂ ਨੇ ਆਪਣਾ ਹੁਣ ਤੱਕ ਜਿਹੜਾ ਅਨੁਭਵ ਕੀਤਾ ਹੈਗਾ ਡੱਗੀ ਤੋਂ, ਕੀ ਫਾਇਦਾ ਲਿਆ, ਅਤੇ ਕਰਦੇ ਗਾ ਤੁਸੀਂ ਬਾਈ ਉਹਨਾਂ ਨੂੰ ਦਿਓ ਮਾਈਕ ਥੋੜ੍ਹਾ। ਤਜਰਬਾ ਤਾਂ ਪਹਿਲਾਂ ਸੀ, ਪਾਣੀ ਸਟੋਰ ਹੋਊਗਾ ਤਾਂ ਇਹਦੇ ਨਾਲ ਬਹੁਤ ਬੈਨੀਫਿਟ ਆ। ਆਪਾਂ ਜਦੋਂ ਪਾਣੀ ਨਹਿਰ ਦੀ ਬੰਦੀ ਆਉਂਦੀ ਹੈ ਜਾਂ ਫੁਹਾਰੇ ਚਲਾਉਣੇ ਆ ਛੋਲਿਆਂ 'ਤੇ ਜਾਂ ਡ੍ਰਿਪ ਇਰੀਗੇਸ਼ਨ ਨਾਲ ਆਪਾਂ ਨਰਮਾ ਜਾਂ ਗੰਨਾ ਬਿਜਾਈ ਕੀਤਾ, ਉਹਦੇ ਵਾਸਤੇ ਡਿੱਗੀਆਂ ਦੀ ਬਹੁਤ ਜ਼ਰੂਰਤ ਹੈ। ਉਹ ਐਤਕੀ ਸਾਨੂੰ ਜਿਵੇਂ ਸਾਡੇ ਏਰੀਏ ਦੇ ਹਿਸਾਬ ਨਾਲ ਆਪਦੇ ਜਿਹੜਾ ਆਪਣਾ ਰਕਬਾ ਹੈਗਾ ਉਹਦੇ ਹਿਸਾਬ ਨਾਲ ਘੱਟ ਲੱਗਦਾ ਸਾਨੂੰ ਆਪਦਾ ਸਟੋਰੇਜ ਡਿੱਗੀ ਦਾ, ਉਸ ਕਰਕੇ ਅਸੀਂ ਇੱਕ ਹੋਰ ਡਿੱਗੀ ਵੱਡੀ ਬਣਾਈ ਹੈ। ਇਹਦੇ ਨਾਲ ਹੁਣ ਸਾਨੂੰ ਲੱਗਦਾ ਵੀ ਸਾਡਾ ਜਿਹੜਾ ਕਵਰ ਪਾਣੀ ਦਾ ਜਿੰਨਾ ਕੁ ਸਟੋਰ ਕਰਨਾ ਚਾਹੁੰਦੇ ਹਾਂ ਹੋ ਜੂਗਾ। ਪਾਣੀ ਸਟੋਰ ਹੋਊਗਾ ਤਾਂ ਆਪਾਂ ਗਾਂ ਜਿਵੇਂ ਬੰਦੀ ਆਉਂਦੀ ਹੈ ਨਹਿਰ ਦੀ ਅਤੇ ਨਰਮਾ ਬਿਜਾਈ ਕਰ ਸਕਾਂਗੇ, ਜਾਂ ਹੋਰ ਵੀ ਆਪਾਂ ਜਦੋਂ ਕਿਤੇ ਬਾਰਿਸ਼ ਆਉਂਦੀ ਹੈ ਉਦੋਂ ਜ਼ਰੂਰਤ ਨਹੀਂ ਹੁੰਦੀ ਪਾਣੀ ਦੀ ਆਪਾਂ ਨੂੰ ਫਸਲਾਂ ਲਾਉਣ ਨੂੰ, ਅਤੇ ਉਦੋਂ ਆਪਾਂ ਸਟੋਰ ਕੀਤਾ ਹੋਇਆ ਸਾਡੇ ਕੋਲ ਹੁਣ 65-70 ਕਿੱਲਿਆਂ ਦਾ ਪਾਣੀ ਆਪਣੇ ਕੋਲ ਖੜ੍ਹਾ, ਜਦੋਂ ਮਰਜ਼ੀ ਆਪਾਂ ਲਾ ਸਕਦੇ ਹਾਂ। ਬਾਕੀ ਰਾਤ ਦੀਆਂ ਵਾਰੀਆਂ 'ਤੇ ਲੇਬਰ ਦੀ ਬਹੁਤ ਦਿੱਕਤ ਹੈ, ਉਹ ਹੁਣ ਆਪਾਂ ਅਸੀਂ ਤਾਂ ਜਦੋਂ ਦਾ ਇਹ ਬਣਾ ਲਿਆ ਹੈਗਾ ਅਤੇ ਦਿਨੇ ਦਿਨੇ ਪਾਣੀ ਲਾਈਦਾ, ਰਾਤ ਦੀ ਵਾਰੀ ਜਿਹੜੀ ਉਹਦੇ ਵਿੱਚ ਸਟੋਰ ਕਰ ਲੈਂਦੇ ਹਾਂ, ਜਦੋਂ ਚਾਹੀਦਾ ਫਿਰ ਆਪਾਂ ਚੱਕ ਕੇ ਲਾ ਲੈਂਦੇ ਹਾਂ। ਮਤਲਬ ਵਰਖਾ ਪੈ ਰਹੀ ਹੈ ਜਾਂ? ਹਾਂਜੀ 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 ਹਾਂਜੀ, ਪਿੱਛੇ ਜੇ ਹਾਂ ਬਸ ਬਸ ਸਟੋਰ ਕਰ ਲੈਂਦੇ ਹਾਂ, ਸਟੋਰ ਹੋਇਆ ਵਾ ਪਾਣੀ, ਫਿਰ ਅਗਲੀ ਵਾਰੀ ਜਦੋਂ ਜ਼ਰੂਰਤ ਹੈ ਉਦੋਂ ਕੰਮ ਦਿੰਦਾ ਆਪਾਂ ਨੂੰ। ਠੀਕ ਹੈ ਜੀ। ਜਿਹਦੇ ਮੈਂ ਦੇਖਿਆ ਉੱਧਰ ਬਾਈ ਜੀ ਨੇ ਦੱਸਿਆ ਪਹਿਲਾਂ ਵੀ ਛੋਲਿਆਂ ਦੇ ਵਿੱਚ ਫੁਹਾਰੇ ਚੱਲ ਰਹੇ ਆ, ਉਹਦੇ ਵਿੱਚ ਕੋਈ ਵੀ ਨੱਕੇ ਵੱਟ ਮੈਂ ਪਾਣੀ ਨਹੀਂ ਲਾਉਣਾ? ਨਹੀਂ ਨਹੀਂ, ਖੁੱਲਾ ਨਹੀਂ ਲਾਉਣਾ ਹੈਗਾ, ਬਸ ਉਹ ਬਟ ਵਾਟੀ ਨਹੀਂ ਪਾਈ, ਨਾ ਖੁੱਲਾ ਹੈ, ਉਵੇਂ ਤੁਹਾਨੂੰ ਦੇਖਿਆ ਇੱਕ ਵਾਰੀ ਰੌਣੀ? ਹਾਂਜੀ, ਰੌਣੀ ਲਾ ਕੇ ਆਪਾਂ ਤਾਂ ਬਿਜਾਈ ਕਰਤੀ ਹੈ, ਹੁਣ ਇੱਕ ਮੀਂਹ ਪੈ ਗਿਆ ਸੀ ਪਹਿਲਾਂ, ਹੁਣ ਆਪ ਫੁਹਾਰਾ ਚਲਾਤਾ ਤਾਂ ਜ਼ਰੂਰਤ ਹੀ ਨਹੀਂ ਪੈਣੀ। ਠੀਕ ਹੈ ਜੀ।
ਕਿਸਾਨ ਭਰਾਵੋ ਇੱਕ ਪਾਣੀ ਦੀ ਸੁਚੱਜੀ ਵਰਤੋਂ ਕਰਨ ਦਾ ਢੰਗ ਜਿਹੜਾ ਇਹਨਾਂ ਨੇ ਅਪਣਾਇਆ ਹੋਇਆ ਅਤੇ ਜਿਹੜੇ ਵੀਰਾਂ ਦੇ ਸਵਾਲ ਸੀਗੇ ਵੀ ਕਿਸ ਤਰ੍ਹਾਂ ਜਿਹੜਾ ਢੰਗ ਤਿਆਰ ਕਰਕੇ ਆਪਾਂ ਕਿੰਨਾ ਕੁ ਖਰਚਾ ਅਤੇ ਕਿੰਨੀ ਇਹਦੇ ਸਬਸਿਡੀ ਫਿਰ ਜੇ ਤੁਹਾਨੂੰ ਆਉਂਦੀ ਹੈ ਤੁਹਾਡੀ ਫਾਈਲ ਪਾਸ ਕਰ ਦਿੰਦੇ ਹਾਂਜੀ ਸਬਸਿਡੀ 3 ਲੱਖ ਰੁਪਈਆ ਰਾਜਸਥਾਨ 'ਚ ਗੌਰਮੈਂਟ ਘੱਟ ਦੇ ਰਹੀ ਹੈ ਉਹ ਇਸ ਕਰਕੇ ਮਤਲਬ ਫਾਈਲਾਂ ਜਿਹੜੀਆਂ ਜ਼ਿਆਦਾ ਲੱਗਣ ਕਰਕੇ ਤੇ ਉਹਦੀ ਡਰਾ ਕੱਢਦੇ ਆ ਯਾਨੀ ਇੱਕ ਪੰਚਾਇਤ ਦੇ ਵਿੱਚੋਂ 2 ਨਿਕਲੀਆਂ ਤੇ ਲਗਭਗ ਇਹਨਾਂ ਦੀ ਮੰਗ ਇੰਨੀ ਹੈ ਵੀ ਇੱਕ ਇੱਕ ਪਿੰਡ 'ਚ 2-2-3-3 ਬਣਾਉਂਦੇ ਲੋਕ ਠੀਕ ਹੈ ਜੀ ਇਸ ਕਰਕੇ ਸਾਡਾ ਇਹਦਾ ਲਾਟਰੀ 'ਚ ਆਇਆ ਨਹੀਂ ਸੀਗਾ ਅਸੀਂ ਤਾਂ ਫਿਰ ਵੀ ਬਣਾਈ ਆਪਦੇ ਖਰਚੇ 'ਤੇ ਬਣਾਈ ਸਾਰੀ ਠੀਕ ਹੈ ਜੀ ਕਿਸਾਨ ਭਰਾਵੋ ਲਗਭਗ ਸਾਰੇ ਹੀ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਜੇਕਰ ਫਿਰ ਵੀ ਤੁਹਾਡਾ ਕੋਈ ਸਵਾਲ ਬਚਿਆ ਹੋਇਆ ਤਾਂ ਨੀਚੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤੁਹਾਨੂੰ ਉਹਦਾ ਆਨਸਰ ਕਿਸਾਨ ਵੀਰ ਜ਼ਰੂਰ ਦੇਣਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ